बिमिल रममान रहीम दिखना लो एक बार फिर को फारूक आवान मड़े संघिया की तरफों असलामकम पहाड़ी प्रोग्राम आज़ाद जम्मू कश्मीर टेलीविजन का एक प्रोग्राम है और इसको असं ना था बैठक का और इस बैठक च अस मुख्तलिफ मेहमा नाल तुसा को हाजिर होने तो असें गलत करते अज अस जो मौजू चुने बड़ा वास्ते ਅਸਤੀਆਂ ਜ਼ਿੰਦਗੀਆਂ ਵਾਸਤੇ ਅਸਾਂ ਦੀ ਬਕਾ ਵਾਸਤੇ ਬਹੁਤ ਜ਼ਰੂਰੀ ਆ ਉਹ ਆ ਅਸਾਂ ਦੀ ਇਹ ਜ਼ਮੀਨ ਇਸ ਜ਼ਮੀਨ ਜਿਹੜੀ ਹੈ ਇਹ ਅੱਲਾਹ ਤਾਲਾ ਸਹਣ ਅਸਾਂ ਕੋ ਇੱਕ ਬਹੁਤ ਬੜਾ ਤੋਹਫਾ ਦਿੱਤਾ ਹੈ ਕਿਉਂਕਿ ਅੱਲਾਹ ਤਾਲਾ ਨੇ ਅਸਾਂ ਕੋ ਜੋ ਕੁਝ ਦਿੱਤਾ ਉਹ ਉਸ ਦਾ ਤੋਹਫਾ ਹੀ ਹੈ ਲੇਕਿਨ ਇਹ ਜ਼ਮੀਨ ਜਿਹੜੀ ਹੈ ਇਸ ਜ਼ਮੀਨ ਦੇ ਅੰਦਰ ਇਤਨਾ ਕੁਝ ਰੱਬ ਸਹਣ ਰੱਖ ਛੋੜਿਆ ਕਿ ਜਿਸ ਜਿਸ ਤਰ੍ਹਾਂ ਦੇ ਅਸਤੇ ਮਜ਼ਾਜ ਹਨ ਜਿਸ ਜਿਸ ਤਰ੍ਹਾਂ ਦੀਆਂ ਅਸਾਂ ਦੀਆਂ ਜ਼ਰੂਰਤਾਂ ਅੱਲਾਹ ਪਾਕ ਸਹਣ ਇਸ ਜ਼ਮੀਨ ਵਿੱਚ वो सारिया खासियत अस को दे देश छोड़ी दी हूँ असता ये लाजम है कि असं उन्होंने जरूरतों के दे मताबक अपनी मेहनत करा और वो नियमत जहां मे रब द उन्होंने नियमत तो अं फायदा उठावे देखना लो अज रियासत जम्मू कश्मीर बारिशें का मौसम है और अस्ता सालाना मेहमान जोड़ा है वह भी ਉਸ ਦੀ ਆਮੰਦ ਆਮਦ ਬਲਕੇ ਅਸਤੇ ਕੁਝ ਇਲਾਕਿਆਂ ਚ ਜਿਨ੍ਹਾਂ ਵਿੱਚ ਨੀਲੰਬੇਲੀ ਹੈ ਜਿਨ੍ਹਾਂ ਵਿੱਚ ਲੀਪਾ ਵੇਲੀ ਹੈ ਔਰ ਅਸਤੇ ਪੁੰਛ ਦਾ ਕੁਝ ਇਲਾਕਾ ਉਹ ਮਹਿਮਾਨ ਆ ਵੀ ਗਈ ਹੈ ਉਹ ਮਹਿਮਾਨ ਹੈ ਜੀ ਅਸਨ ਦੀ برف ਅੱਜ ਚਿਟਚਟਿਆਣ ਹੋਇਆ ਦਾ ਅਸਤੇ ਪਹਾੜਾਂ ਤਾਂ ਔਰ ਅਸਤੇ ਕੁਝ ਇਲਾਕਿਆਂ ਵਿੱਚ ਅੱਛਾ ਇਹ ਦੇਖਣਾ ਲੋ ਐਸਾ ਵੀ ਹੁੰਦਾ ਹੈ ਕਿ ਕਦੇ-ਕਦੇ ਮਜ਼ਮਾਨਾ ਤੋਂ ਬੰਦਾ ਤੰਗ ਵੀ ਹੁੰਦਾ ਹੈ ਲੇਕਿਨ ਐਸਾ ਨਹੀਂ ਹੈ ਉਹ ਤੰਗ ਇਹ ਜਿਸ ਕੋ ਆਤ ਨਾ ਨਲੜੀ ਤੋਂ ਉਤਾ ਉਤਾ ਹੀ ਤਲਾ ਤੰਗ ਨਹੀਂ ਹੁੰਦਾ ਦਿਲੋਂ ਬੜਾ ਖੁਸ਼ ਹੁੰਦਾ ਹੈ ਕਿਉਂਕਿ ਕਦੇ ਕਦੇ ਜਦੋਂ ਮਜ਼ਮਾਨ ਆਂਦਾ ਹੈ ਤਾਂ ਉਸ ਤੇ ਆਣੇ ਨਾਲ ਥੋੜੀ ਬਹੁਤ ਪਰੇਸ਼ਾਨੀ ਜ਼ਰੂਰ ਹੁੰਦੀ ਹੈ ਤੇ ਇਸ ਬਰਫ ਦੀ ਵਜ੍ਹਾ ਨਾਲ ਥੋੜੀ ਬਹੁਤ ਪਰੇਸ਼ਾਨੀ ਅਸਾਂ ਕੋ ਜ਼ਰੂਰ ਹੈ ਲੇਕਿਨ ਐਸਾ ਨਹੀਂ ਹੈ ਇਸ ਮਜ਼ਮਾਨ ਕੋ ਅਸੀਂ ਹਮੇਸ਼ਾ ਹਮੇਸ਼ਾ ਸੋਹਣੇ ਦਿਲਾਂ ਨਾਲ ਖੁੱਲੇ ਦਿਲਾਂ ਨਾਲ ਖੁਸ਼ ਆਮਦੀਦ ਆਖਦੇ ਆ ਇਸ ਵਿੱਚ ਜਿਹੜਾ ਅਸਾਂ ਦੀ ਇੱਕ ਖਾਸ ਕਿਸਮ ਦੀ ਅਸਤੀ ਜ਼ਿੰਦਗੀ ਜਿਹੜੀ ਹੈ ਉਹ ਇਸ ਵਿੱਚ ਬਸਰ ਹੁੰਦੀ ਹੈ ਅਸਾਂ ਕੋ ਆਪਣੇ तमाम जरूरतें जिंदगी असों को ਇਸ ਵਾਸਤੇ ਇਕੱਠਾ ਕਰਨਾ ਪੈਂਦਾ ਉਹ ਇਕੱਠਾ ਕਰਕੇ ਜਿੰਨੇ ਅਰਸੇ ਇਹ ਸਫੈਦੀ ਰਹਿੰਦੀ ਹੈ ਇਹ ਬਰਫ਼ ਰਹਿੰਦੀ ਹੈ ਅਸੀਂ ਘਰਾਂ ਵਿੱਚ ਬੰਦ ਰਹਨੇ ਆ ਔਰ ਅਸਾਂ ਕੋ ਜਿਹੜੇ ਮਾਇਰਨ ਜੀ ਉਹ ਇਹ ਗੱਲ ਆਖਦੇ ਨੇ ਕਿ ਜਿਸਲੇ ਮੌਸਮ ਮੌਜੂਲਾ ਖਰਾਬ ਤਾਂ ਅਸਾਂ ਕੋ ਸਫ਼ਰ ਕਾਟ ਤੋਂ ਕਾਟ ਕਰਨਾ ਚਾਹੀਦਾ ਚੁونکہ ਤੁਸੋਂ ਪਤਾ ਹੈ ਜਿਲੇ ਬਰਫ਼ ਆਂਦੀ ਹੈ ਤਾਂ ਲਾਣੀਆਂ ਆਣੀਆਂ ਉਹਨਾਂ ਲਾਣੀਆਂ ਤਲਾ ਅਸਤੇ ਬਹੁਤ ਸਾਰੇ ਲੋਕ ਸ਼ਹੀਦ ਵੀ ਹੋਏ ਅਸਤਿਆਂ ਜਾਣੀ ਨੁਕਸਾਨ ਹੁੰਦਾ ਇਸ ਤਰ੍ਹਾਂ अस्ती लैंड स्लाइडिंग होती है कि जल्दी बारिश होती है तो जमीन अस्तियां तक पता है ना फिर इतनी तेज बारिश जोर जमीन को कच्चा कर छोड़ती है तो सफर उसी वेले करो जिस वेले तसा को कोई खास हो अज मेरे जे दोस्त मैं उन्होंने फिर तारफ़ कराल सदा चाचा नजीरा हो बिल्कुल बैठे जी और तुमको सलाम आखते नाल बख्शी बाबा हो भी मुस्कुरा मुस्कुराई तो नुसरतुरानी बिल्कुल जी ਤਰੋ ਤਾਜ਼ਾ ਮੈਂ ਆਕਸਾਂ ਜੀ ਅੱਜ ਫੇਰ ਉਹਨੀਆਂ ਦੀਆਂ ਜਿਹਨੀਆਂ ਮੁਸਕਰਾਟਾਂ ਔਰ ਉਹਨਾਂ ਦੇ ਜਿਹੜੇ ਕਹਿਕਣ ਜਿਹੜੇ ਜੀ ਉਹ ਅੱਜ ਅਸੀਂ ਫੇਰ ਇਸ ਪ੍ਰੋਗਰਾਮ ਵਿੱਚ ਹਾਜ਼ਰ ਹਾਂ ਤਾਂ ਅੱਜ ਦੇ ਜਿਹੜੇ ਅਸਾਂ ਦੇ ਮਜ਼ਮਾਨ ਹਨ ਜੀ ਉਹ ਅਸਾਂ ਵਾਸਤੇ ਬਹੁਤ ਹੀ ਕਾਬਲੇ ਇਤਰਾਮ ਮਜ਼ਮਾਨ ਤੇ ਆ ਤਾਂ ਜੀ ਅੱਜ ਦੇ ਮੜੇ ਜਿਹੜੇ ਮਜ਼ਮਾਨ ਹਨ ਜੀ ਅਹਿਮ ਯਾਮੀਨ ਸਾਹਿਬ ਮੈਂ ਤੁਸਾਂ ਕੋ ਜੀ ਹਰ ਕਦੇ ਆਵਾਜ਼ ਨਾਲ ਆਪਣੀ ਬੈਠੇਗੇ ਤੇ ਜੀ ਅਹਿਮ ਯਾਮੀਨ ਸਾਹਿਬ ਜੀ ਸ਼ਾਇਰ ਹਨ ਔਰ ਇਹ ਅਸਤੀ ਉਰਦੂ ਜਿਹੜੀ ਅਸਤੀ ਕੌਮੀ ਜ਼ਬਾਨ ਹੈ ਤਾਂ ਅਸਤੀ ਮਾਜਾਈ ਜਿਹੜੀ ਪਹਾੜੀ ਹੈ ਐਸੇ ਚ ਇਹ ਕਰਦੇ ਨੇ ਸ਼ਾਇਰੀ ਅੱਜ ਇਹਨਾਂ ਕੋਲ ਅਸੀਂ ਸ਼ਾਇਰੀ ਵੀ ਸੁਣਸਾਂ ਇਹਨਾਂ ਦੀ ਗੱਲਬਾਤ ਵੀ ਸੁਣਸਾਂ ਬੁਲਬੁਲੇ ਕਸ਼ਮੀਰ ਤੁਸਾਂ ਕੋ ਮੈਂ ਜੀ ਖੁਸ਼ ਆਮਦੀਦ ਆਖਦਾ ਜੀ ਬਾਨੋ ਰਹਿਮਤ ਅੱਗੇ ਅੱਜ ਦੇ ਜਿਹੜੇ ਮੜੇ ਮਹਿਮਾਨ ਹਨ ਐਮ ਜਾਮੀਨ ਸਾਹਿਬ ਅਮੀਨ ਸਾਹਿਬ ਇਹ ਜਿਹੜਾ ਸ਼ਾਇਰ ਹੁੰਦਾ ਹੈ ਇਹ ਆਖਦੇ ਨੇ ਇਹਨਾਂ ਲੋਕਾਂ ਦਾ ਇੱਕ ਇੱਕ ਖਾਸ ਕਿਸਮ ਦੇ ਲੋਕ ਹੋਣ ਕਿਉਂਕਿ ਇਹ ਜ਼ਮੀਨ ਦਾ ਦੁੱਖ ਦਰਦ ਇਨਸਾਨਾਂ ਦਾ ਦੁੱਖ ਦਰਦ ਫਿਤਰਤ ਤੇ ਜਿਹੜੀ ਤਬਦੀਲੀਆਂ ਜਿਹੜੀਆਂ ਉਹਨਾਂ ਤਾਂ ਬੜੀ ਇਹਨਾਂ ਦੀ ਗਹਿਰੀ ਨਜ਼ਰ ਹੁੰਦੀ ਹੈ ਤਾਂ ਮੈਨੂੰ ਇਹ ਦੱਸੋ ਜੀ ਕਿ ਤੁਸੀਂ ਐਜ਼ ਅ ਸ਼ਾਇਰ ਕਿ ਸਮਝਦੇ ਹੋ ਕਿ ਅਸੀਂ ਕਿਉਂਕਿ ਤੁਸੀਂ ਇੱਕ ਜ਼ਰਾਤ ਦੇ ਸ਼ੋਬੇ ਦੇ ਮਾਇਰ ਵੀ ਹੋ ਇਹ ਜਿਹੜਾ ਇਸ ਵਕਤ ਰਿਆਸਤ ਜੰਮੂ ਕਸ਼ਮੀਰ ਦੇ ਅੰਦਰ ਇਸ ਵਕਤ ਜਿਹੜਾ ਇੱਕ ਮਾਹੌਲ ਹੈ ਜਿਹੜੀਆਂ ਬਾਰਸ਼ਾਂ ਜਿਹੜਾ ਇਹ ਇਸ ਵਕਤ ਬਰਫਬਾਰੀ ਦੇ ਕਸਾਂ ਦਾ ਸੀਜ਼ਨ ਚੱਲ ਗਿਆ ਹੈ ਇਸ ਵਿੱਚ ਅਸਾਂ ਲੋਕਾਂ ਕੋ ਕਿਨਾ ਕਿਨਾ ਚੀਜ਼ਾਂ ਦੀਆਂ ਇਤਿਆਤੀ ਤਦਬੀਰ ਵੀ ਕਰਨੀਆਂ ਚਾਹੀਦੀਆਂ और नाले दसो कि इस वक्त जसलां यकीन मौजूद हैं उन्होंने को बचाने कई कोशिश करनी चाहिए अच्छा जमीन जड़ी है ना ए, 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 इस नयनात का मरकज भी है और इंसान जड़ा है वो इस तू तो बगैर जाहरा किसी और जगह तिहायश रखने के काबिल नहीं है जमीन ने अंदर ही सारा उस है वैसीयत शायर में ये के शायद जड़ा है ना वो जमीन ने जमीन कोलों बहुत सारिया चीज़ा लेना है और जमीन ने उपर तहजीब बननी है जमीन ने उपर सकाफ़त पनपनी है।, पन है लेकिन देखना यह है कि इस वक्त जमीन जड़ी है वो बहुत सारी क्लाइमेट चेंज की वजह तो बहुत सारी सूरत उसनी खराब होने जा रही है जमीन की किस तरह कर सा? और जमीन पर जड़ी एक्टिविटी है असली जरी सरगर्मी उसकी किस तरह असा जारी रख ताकि जमीन जड़ी है उसना तहफज भी हो और उसकी ज्यादा तो ज्यादा अस अपने वास्ते फायदेमंद भी बना सका। जी जमीन अस को जगह दी है कर इस करके इस जमीन को माँ आख्या गया है क्योंकि ये असा इंसान की माँ असा आपने है ये को अपने अंदर समो को फैज दी है बिल्कुल इन्हें ठीक आख्या कि असंको इसका इस्तेमाल वो इस्तेमाल बेहतर तो बेहतर करना चाहिए मैं तुम को पुछा जी बैसीयत मायर क्योंकि जरात का शोभा शोभा सी एक बड़े तू तो तुम रिटायर भी हो दसो कि इस वक्त इस मौसम अंदर जिसमें बारिशों भी अरुजता ਬਰਫ ਬਾਰੀ ਦਾ ਇਲਾਕਾ ਜਿਹੜਾ ਅਸਾਂ ਦਾ ਬਿਲਕੁਲ ਇਸ ਵਕਤ ਸਫੈਦ ਚਾਦਰ ਓੜ ਕੇ ਬੈਠਾ ਦਾ ਤੇ ਇਹ ਜਿਹੜੀਆਂ ਅਸਤੀਆਂ ਫਸਲਾਂ ਇਸ ਵਕਤ ਮੌਜੂਦ ਹਨ ਉਹਨਾਂ ਵਾਸਤੇ ਵੀ ਕੋਈ ਤੁਸੀਂ ਪ੍ਰੀਵੈਂਟਿਵ ਮੀਅਰਸ ਜਿਹੜੇ ਨੇ ਆਸਤੇ ਨਾਜ਼ਰੀਨ ਨਾਲ ਸ਼ੇਅਰ ਕਰਸੋ ਜੀ ਇਸ ਵਕਤ ਜਿਹੜੀ ਗੰਦਮ ਦੀ ਫਸਲ ਹੈ ਉਸ ਨੇ ਅਸਤੇ ਤੇ ਜ਼ਮੀਨ ਇਸ ਵਕਤ بارش ਦੀ ਲੋੜਤ ਹੈ ਮਾਸ਼ਾਅੱਲਾ ਲੇਕਿਨ ਜ਼ਿਆਦਾ ਬਾਦਸ਼ਾਹ ਦੀ وجہ ਤੋਂ ਅਸਾਂ ਦੇ ਜਿਹੜੇ ਬਾਗਾਂਤ ਜਿਹੜੇ ਫਲਦਾਰ ਪੌਦਨ ਉਹ ਸਬਜ਼ੀਆਂ ਉਹਨਾਂ ਵਿੱਚ ਜ਼ਿਆਦਾ ਪਾਣੀ ਇਕੱਠਾ ਹੋਣੇ ਦੀ وجہ ਤੋਂ ਜਿਹੜੇ ਪੌਦਿਆਂ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਉਹ ਆਕਸੀਜਨ ਨਹੀਂ ਲੈ ਸਕਣੀਆਂ। ਲਾਜ਼ਮ ਉਹ ਉਸ ਵਾਸਤੇ ਇਹ ਕਰਨਾ ਚਾਹੀਦਾ ਹੈ ਕਿ ਜ਼ਮੀਨ ਵਿੱਚ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕਰਨਾ ਚਾਹੀਦਾ। ਨਿੱਕੀਆਂ ਨਿੱਕੀਆਂ ਤੁਸੀਂ ਆਤਿਓ ਛੋਟੇ ਛੋਟੇ ਜੀ ਜੀ ਬੰਨੀਆਂ 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 ਬਣਾ ਕੇ ਖਿਆਰੀਆਂ ਖਿਆਰੀਆਂ ਕਹਿਣ ਨਾ ਉਸ ਨੂੰ ਤੇ ਆਹ ਖਿਆਰੀਆਂ ਵੀ ਕਹਿ ਸਕਦੇ ਹੋ ਦੋ ਤੂੰ ਮਰਾਦਾ ਕਿ ਜਿਹੜਾ ਪੌਦਾ ਲੱਗਾ ਹੈ ਨਾ ਉਸਨੇ ਇਧ ਗਿਧ ਇੱਕ ਗੋਲ ਦਾਇਰਾ ਜਿਹੜਾ ਹੈ ਨਾ ਉਸ ਦੀ ਜੜ੍ਹਾਂ ਦੇ ਨਜ਼ਦੀਕ ਬਣੀ ਜੀ ਬੜਾ ਛੋੜੋ ਤਾਂ ਕਿ ਪਾਣੀ ਬਰਾਇਰਾਸ ਜਣਾ ਕੋ ਨਾ ਜੁਲਾ ਬਲਕਿ ਉਰਾ ਪਰਾ ਨਿਕਲ ਜਾਏ ਉਹ ਪਰਾ ਨਿਕਲ ਜਾਏ ਤਾਂ ਕਿ ਉਹ ਜਿਹੜੀ ਜ਼ਮੀਨ ਆਪਣੇ ਪੌਦੇ ਦੀ ਜੜ੍ਹ ਹੈ ਨਾ ਉਹ ਆਕਸੀਜਨ ਦੇ ਸਕੇ ਵਾ ਨਾ ਉਸ ਨਾਲ ਉਸਾਂਸ ਬੰਦ ਹੋਈ ਜਾਣਾ ਜਿਸ ਦਾ ਜ਼ਿੰਦਾ ਚੀਜ਼ ਹੈ ਜਿਸ ਦਾ ਸਾਂਸ ਬੰਦ ਹੋਵੇ ਤੇ ਜ਼ਾਹਿਰ ਹੈ ਪੌਦੇ ਨੇ ਉੱਪਰ ਅਸਰ ਹੋਣਾ ਹੈ ਜਿਸ ਵਕਤ ਫੁੱਲ ਲੱਗ ਲੱਗਣਾ ਸ਼ੁਰੂ ਹੋਵਨ ਤੇ ਬਾਰਿਸ਼ ਜ਼ਿਆਦਾ ਹੋ ਜਾਏ ਤੇ ਫਿਰ ਵੀ ਮਸਲਾ ਹੋਣਾ ਹੈ ਕਿ ਫੁੱਲ ਜਿਹੜਾ ਹੈ ਉਹ ਫਲ ਬੰਨੇ ਨੇ ਅਮਲੀ ਚ ਕਾਵਟ ਬੰਨੀ ਹੈ ਕਿ ਪ੍ਰਾਲੀ ਜਿਹੜੀ ਹੈ ਪ੍ਰਾਲੀ ਔਰ ਸੋਹਣੀ ਗੱਲ ਕੋਰਾ ਪੈਂਦਾ ਸਾ ਜਿਹੜੇ ਵਾਸਤੇ ਫਲਦਾਰ ਪੌਦੇ ਹੁੰਦੇ ਵਾਸਤੇ ਅਸਤੀਆਂ ਮਾਵਾਂ ਪੈਣਾ ਵਾਸਤੇ ਬਜ਼ੁਰਗ ਜਿਹੜੇ ਉਪਰਾਲੀ ਹੁਤਾ ਆਇਆ 60 ਛੋੜ ਦੇ ਸੰ ਤਾਂ ਉਹ ਜਿਸਲੇ ਜੂਈ ਮੌਸਮ ਅੱਛਾ ਹੁੰਦਾ ਸੀ ਉਪਰਾਲੀ ਹੋ ਤੋ ਲਾੜ ਕੇ ਅੰਦਰ ਸੰ ਵੈਸੇ ਕਿਤਨਾ ਮਤਲਬ ਦੇਖੋ ਨਾ ਪਰਾਲੀ ਬੰਦਿਆ ਐ ਸੇ ਸਬਜੀ ਸਬਜੀ ਦਾ ਸੜਾ ਨਾ ਨਾ ਇਹ ਭੂਟਿਆਂ ਦਾ ਜਾਲੇ ਬੰਦੇ ਆ ਜਾਲੇ ਬੰਦੇ ਨੇ ਲੇਕਿਨ ਫੁੱਲ ਨਾ ਟੈਵਣ ਕੁਛ ਹਾਂ ਹਾਂ ਬਿਲਕੁਲ ਦੂਸਰਾ ਹੈ ਕਿ ਫਿਰ ਖਾਦ ਦਾ ਖਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਪੌਦਾ ਅਗਰ ਕਮਜ਼ੋਰ ਹੋਵੇ ਤੋ ਜ਼ਾਇਦਾ ਉਹ متاثر ਹੋਸੀ متاثر ਹੋਸੀ ਤੋ ਤੁਸੀਂ ਇਹ ਜਿਹੜੀ ਨਾਈਟ੍ਰੋ ਫਾਸ ਜਿਹੜੀ ਖਾਦ ਇਹ ਖਾਸ ਤੌਰ ਪਰ ਇਸ ਮੌਸਮ ਵਿੱਚ ਠੰਡੇ ਮੌਸਮ ਵਿੱਚ ਇਹ ਪੌਦੇ ਕੀ ਬਹੁਤ ਤਕਵੀਅਤ ਦੇਣੀ ਹੈ ਉਹ ਸੰ ਤਾਕਤ ਦੇਣੀ ਸਹੀ ਤਾਂ ਉਹ ਇਸਤੇਮਾਲ ਕਰਨੀ ਚਾਹੀਦੀ ਹੈ ਹੁਣ ਤੇ ਵੈਸੇ ਖਾਦਾਂ ਵੀ ਬਹੁਤ ਨਹੀਂ ਹੋਈਆਂ ਲੇਕਿਨ ਇਹ ਕਿ ਗੋਬਰ ਦੀ ਖਾਦ ਜਿਹੜੀ ਹੈ ਇਹ ਔਰ ਦੇਸੀ ਖਾਦ ਜਿਸ ਦੀ ਆਸਾਨ ਹੈ ਇਹ ਕੋਨਾ ਆਰਗੈਨਿਕ ਪੋਸਟ ਆਰਗੈਨਿਕ ਜਿਹੜੀ ਹੈ ਕੰਪੋਸਟ ਸਾਂ ਖੁਦ ਵੀ ਬਣਾਈ ਸਕਦੇ ਹਾਂ ਸਹੀ ਇਹ ਖੁਸ਼ਕ ਪੱਤੇ ਇਕੱਠੇ ਕਰਕੇ ਤਾਂ ਕਰਾ ਦਿਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਨਾ ਸਬਜ਼ੀਆਂ ਜਿਹੜੀਆਂ ਅਸੀਂ ਖਾਤੇ ਆ ਉਹਨਾਂ ਸਬਜ਼ੀਆਂ ਕੋ ਖੁਸ਼ਕ ਜਿਹੜੇ ਪੱਤਰ ਸੋਂ ਥਾਂਦੇ ਉਹਨਾਂ ਕੋ ਇਹ ਸਾਰੀਆਂ ਚੀਜ਼ਾਂ ਬਾਹਰ ਕੋਈ ਢਾੜੇ ਵਸੇ ਉਹਨਾਂ ਕੋ ਬੰਦ ਕਰ ਛਡੋ ਬੰਦ ਕਰ ਛਡੋ ਤਾਂ ਫਿਰ 15 ਦਿਨ 10 ਦਿਨ ਬਾਅਦ ਉਸ ਨੂੰ ਬੜੀ ਰੱਚੀ ਖਾਦ ਬਣ ਜਾਂਦੀ ਹੈ ਜੀ ਬਿਲਕੁਲ ਜੀ ਕਿ ਇਸ ਵਕਤ ਅਸਤੀ ਜ਼ਮੀ ਮੁਸ਼ਕਲ ਵਿੱਚ ਹੈ ਪੂਰੀ ਦੁਨੀਆ ਦੀ ਮੈਂ ਗੱਲ ਕਰ ਰਿਹਾ ਕਿ ਇਸ ਤਾ ਆਸਾ ਸੁਣ ਜਿਹੜਾ ਅੱਲਾਹ ਤਾਲਾ ਦਾ ਇੱਕ ਮੀਜ਼ਾਨ ਹੈ ਅਸਾਂ ਉਸ ਮੀਜ਼ਾਨੇ ਬਹੁਤ ਬਗਾੜ ਪੈਦਾ ਕਰ ਛੁੜਿਆ ਦਾ ਕਸ ਜੰਗੋ ਜਦਲ ਹੈ ਕਸ ਜਗਾ ਤਾ ਆਸਾ ਪਾਣੀਆਂ ਦੇ ਜਿਹੜੇ ਅਸਰ ਰਸਤੇ ਉਹ ਦਾਇਆਂ ਭਾਇਓ ਹੋ ਗਏ ਕੋਈ ਬੁਸਰੀਆਂ ਐਸੀਆਂ ਚੀਜ਼ਾਂ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਜ਼ਮੀਨ ਜਿਹੜੀ ਹੈ ਇਸ ਵਕਤ ਅਸਾਂ ਕੋ ਤਕਾਜ਼ਾ ਕਰਦੀ ਹੈ ਅਸਾਂ ਕੋ ਆਖਦੀ ਹੈ ਕਿ ਮੜਾ ਖਿਆਲ ਰੱਖੋ ਮੇ ਤੁਸਦੀ ਮਾਂ ਐਸਾ ਹੀ ਹੈ ਨਾ ਜੀ ਤਾਂ ਕੋਈ ਸੁਣਾਓ ਕੁਝ ਮਾਸ਼ਾ ਅੱਲਾਹ ਜਿਹੜਾ ਤੁਸਾਂ ਦਾ ਇਸ ਧਰਤੀ ਵਾਸਤੇ ਜ਼ਮੀਨ ਵਾਸਤੇ जो तुसा कोई लिखा था उर्दू जुबान है जी जी कि ये माँ और तुम औलाद ज़मीन माँ और तुम औलाद हो याद रखो इसको भी अगर याद हो वाह वाह वा, 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 वा। याद रखो इसको भी इसको अगर याद हो सोनी सोहनी गल जी माशा माशा